ਸਤਿ ਸ਼੍ਰੀ ਅਕਾਲ ਜੀ ਮੈਂ ਆ ਬਰਨ ਕਾਰਮਾਨ ਤੁਸੀਂ ਦੇਖ ਰਹੇ ਹੋ ਪੰਜਾਬ ਮੀਲਿਓਸੀ ਟੀਵੀ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਪੇਸ਼ ਤੇ ਪਹਿਲਾਂ ਚੁਣਵੀਂਆਂ ਖਬਰਾਂ ਕੈਨੇਡਾ ਦੀ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਕੋਰੀ ਨਾ ਟੋਕਿਓ 올림픽 ਤੋਂ ਪਰਤੀ ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਵਿੱਚ ਹੋਇਆ ਜ਼ੋਰਦਾਰ ਸਵਾਗਤ ਐਲਕ ਗ੍ਰੋਪ ਪਾਰਕ ਦੀਆਂ 3 ਨੇ ਰਚਿਆ ਨਵਾਂ ਇਤਿਹਾਸ ਕੈਲੀਫੋਰਨੀਆ ਵਿੱਚ ਅੱਗ ਦਾ ਕਹਿਰ ਨੁਕਸਾਨੀਆਂ ਗਈਆਂ ਕਰੀਬ 14000 ਇਮਾਰਤਾਂ ਪੱਛਮੀ ਅਮਰੀਕਾ ਦੀਆਂ ਜੰਗਲੀ ਅੱਗਾਂ ਦਾ ਧੂਆਂ ਹਜ਼ਾਰਾਂ ਮੀਲ ਦੂਰ ਸ਼ਹਿਰਾਂ ਨੂੰ ਕਰ ਰਿਹਾ ਹੈ ਪ੍ਰਭਾਵਿਤ ਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ ਪਿਛਲੇ ਕੁਝ ਹਫ਼ਤੇਾਂ ਵਿੱਚ ਕੈਨੇਡਾ ਐਮਬੈਸੀ ਵੱਲੋਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਗਈ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਵੀਜ਼ਾ ਦੇਣ ਤੋਂ ਮਨਾਂ ਕੀਤੇ ਵਿਦਿਆਰਥੀਆਂ ਵਿੱਚ ਹਜ਼ਾਰਾਂ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਵੱਲੋਂ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਦੀ ਫੀਸ ਅਦਾ ਕਰਨ ਅਤੇ ਜੀਆਈਸੀ ਅਕਾਊਂਟ ਅਤੇ ਹੋਰ ਫੰਡ ਸ਼ੋਅ ਕਰਨ ਲਈ ਜਾਂ ਤਾਂ ਆਪਣੇ ਘਰ-ਬਾਰ ਜਾਂ ਜ਼ਮੀਨਾਂ ਵੇਚੀਆਂ ਗਈਆਂ ਨੇ ਜਾਂ ਫਿਰ ਬੈਂਕਾਂ ਤੋਂ ਕਰਜ਼ਾ ਲੈ ਰੱਖਿਆ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸਾ ਫੜ ਕੇ ਫੀਸਾਂ ਭਰੀਆਂ ਹੋਈਆਂ ਨੇ ਬੈਂਕਾਂ ਲਈ ਪੈਸੇ ਤੇ ਜਿੱਥੇ ਵਿਆਸ ਤੇ ਵਿਆਜ ਚੜ ਰਿਹਾ ਉੱਥੇ ਹੀ ਰਿਸ਼ਤੇਦਾਰਾਂ ਵੱਲੋਂ ਪੈਸੇ ਵਾਪਸ ਮੰਗੇ ਜਾ ਰਹੇ ਨੇ ਇੱਕ ਰਿਪੋਰਟ ਮੁਤਾਬਕ ਕੈਨੇਡਾ ਐਮਬੈਸੀ ਨੇ ਉਹਨਾਂ ਵਿਦਿਆਰਥੀਆਂ ਨੂੰ ਵੀ ਵੀਜ਼ੇ ਦੇਣ ਤੋਂ واچੇ ਕਰ ਦਿੱਤਾ ਜਿਨ੍ਹਾਂ ਨੇ ਆਇਲਸ ਵਿੱਚ ਚੰਗੇ ਨੰਬਰ ਹਾਸਲ ਕੀਤੇ ਨੇ ਅਤੇ ਜੋ ਪਹਿਲਾਂ ਤੋਂ ਹੀ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਨਾਮਜ਼ਦ ਨੇ ਆਪਣੇ ਭਵਿੱਖ ਨੂੰ ਲੈ ਕੇ ਨਿਰਾਸ਼ ਅਤੇ بے ਯਕੀਨ ਵਿਦਿਆਰਥੀਆਂ ਨੂੰ ਹੁਣ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਵੀਜ਼ੇ ਲਈ ਫਿਰ ਤੋਂ ਐਪਲੀਕੇਸ਼ਨ ਦੇਣੀ ਹੋਵੇਗੀ ਵੀਜ਼ਾ ਸਲਾਹਕਾਰਾਂ ਦੀ ਮਨਿਯਤਾ ਕੈਨੇਡਾ ਸਰਕਾਰ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਵੀਜ਼ਾ ਖਾਰਜ ਕਰ ਦਿੱਤਾ ਹੈ ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਹੀ ਸਿਧਾਂਤਕ ਵੀਜ਼ਾ ਪ੍ਰਾਪਤ ਹੋ ਚੁੱਕਾ ਹੈ ਉਹਨਾਂ ਨੂੰ ਵੀ ਅਧਿਕਾਰੀਆਂ ਵੱਲੋਂ ਯਾਤਰਾ ਵੀਜ਼ਾ ਦੇਣ ਤੋਂ ਮਨਾ ਕੀਤਾ ਜਾ ਰਿਹਾ ਹੈ ਏਆਈਪ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਯੋਗਤਾਧੀਆਂ ਸ਼ਰਤਾਂ ਨੂੰ ਪੂਰਾ ਕਰਦੇ ਨੇ ਅਤੇ ਪਹਿਲਾਂ ਹੀ ਚੰਗੇ ਨੰਬਰਾਂ ਨਾਲ ਆਇਲਸ ਪਾਸ ਨੇ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਇੱਕ ਸਾਲ ਦੀ ਫੀਸ ਜਮ੍ਹਾਂ ਕਰਵਾ ਚੁੱਕੇ ਨੇ ਵੀਜ਼ਾ ਸਲਾਹਕਾਰ ਸਵੀਕਾਰ ਕਰਦੇ ਨੇ ਕਿ ਵੀਜ਼ੇ ਤੋਂ ਨਾ ਕਰਨਾ ਇੱਕ ਖਾਸियत ਰਹੀ ਹੈ ਹਾਲ ਦੇ ਹਫ਼ਤਿਆਂ ਦੌਰਾਨ ਨਾ ਮੰਜ਼ੂਰੀ ਦੀ ਭਿਆਨਕਤਾ ਵੱਡੀ ਹੈ ਕੁਝ ਵਿਦਿਆਰਥੀਆਂ ਨੇ ਕਿਹਾ ਕਿ ਨਾ ਮੰਜ਼ੂਰੀਦਾਰ 60% ਤੱਕ ਦੇ ਟੋਕੀਓ 올림픽 ਵਿੱਚ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਪੁਰਸ਼ ਸ਼ੌਕੀਟ ਟੀਮ ਵਤਨ ਪਰਤਾਈ ਮੈਲਾ ਹਾਕੀ ਖਿਡਾਰੀਨ ਗੁਰਜੀਤ ਕੌਰ ਵੀ ਇਹਨਾਂ ਦੇ ਨਾਲ ਨਜ਼ਰ ਆਈ ਬੁੱਧਵਾਰ ਸਵੇਰੇ 6:30 ਵਜੇ ਟੀਮ ਚਾਮਲ ਪੰਜਾਬ ਦੇ ਖਿਡਾਰੀ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ 에ਅਰਪੋਰਟ ਤੇ ਆਏ ਉਹਨਾਂ ਦੇ ਸਵਾਗਤ ਦੇ ਲਈ ਪਰਿਵਾਰ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸੀਨੀਅਰ ਨੇਤਾਵਾਂ ਦੀ ਕਾਫੀ ਪੀੜ ਸੀ ਜਿਵੇਂ ਹੀ ਖਿਡਾਰੀ 에ਅਰਪੋਰਟ ਤੇ ਪੁੱਜੇ ਤਾਂ ਢੋਲ ਨਗਾੜਿਆਂ ਦੀ ਥਾਪ ਤੇ 에ਅਰਪੋਰਟ ਗੂੰਜ ਠਿਆ ਫੁੱਲਾਂ ਦਾ ਹਾਰ ਪਾ ਕੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ 올ੰਪੀਅਨ ਪ੍ਰਗਟ ਸਿੰਘ ਵਿੱਚ ਖਿਡਾਰੀਆਂ ਦਾ ਸਵਾਗਤ ਕਰਨ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਸਮੀ ਸਵਾਗਤ ਤੋਂ ਬਾਅਦ ਫੈਨਸ ਨੇ ਆਪਣਾ ਪਿਆਰ ਆਪਣੀ ਟੰਗ ਨਾਲ ਦਿਖਾਇਆ ਕਈ ਖਿਡਾਰੀ ਆਪਣੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੋ ਗਏ 에ਰਪੋਰਟ ਤੇ ਸਵਾਗਤ ਤੋਂ ਬਾਅਦ ਖਿਡਾਰੀਆਂ ਦਾ ਕਾਫਲਾ ਸਿੱਧੇ ਦਰਬਾਰ ਸਾਹਿਬ ਵੱਲ ਵਧਿਆ ਜਿੱਥੇ ਐਸਜੀਪੀਸੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਉੱਚਾ ਕਰਨ ਲਈ ਵਧਾਈ ਦਿੱਤੀ ਫਿਰ ਖਿਡਾਰੀਆਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਇਸ ਤੋਂ ਬਾਅਦ ਸਾਰੇ ਖਿਡਾਰੀ ਆਪਣੇ ਪਰਿਵਾਰਾਂ ਨਾਲ ਘਰਾਂ ਲਈ ਰਵਾਨਾ ਹੋਏ ਟੋਕੀਓ 올림픽 ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਚੰਦੀ ਟੀਮ ਨੇ 41 ਸਾਲਾਂ ਦਾ ਸੋਕਾ ਖਤਮ ਕਰਕੇ ਕਾਂਸੀ ਦਾ ਧਾਮ ਗਾਜੇਤਿਆ ਤੇ ਮਹਿਲਾ ਹਾਕੀ ਟੀਮ ਵੀ ਸੈਮੀਫਾਈਨਲ ਤੱਕ ਪੁੱਜਣ ਵਿੱਚ ਕਾਮਯਾਬ ਰਹੀ ਇਸ ਦਾ ਫਾਇਦਾ ਵਰਲਡ ਰੈਂਕਿੰਗ ਵਿੱਚ ਹੋਇਆ ਪੁਰਸ਼ਾਂ ਦੀ ਟੀਮ ਵਰਲਡ ਰੈਂਕਿੰਗ ਵਿੱਚ ਤੀਜੇ ਨੰਬਰ ਤੇ ਪਹੁੰਚ ਗਈ ਤੇ ਮਹਿਲਾਵਾਂ ਦੀ ਟੀਮ 8ਵੇਂ ਨੰਬਰ ਤੇ ਦੋਵੇਂ ਟੀਮਾਂ ਦੀ ਸਭ ਤੋਂ ਵਧੀਆ ਰੈਂਕਿੰਗ ਹੈ ਪੁਰਸ਼ਾਂ ਦੀ ਟੀਮ ਵਿੱਚ ਪਹਿਲੇ ਨੰਬਰ ਤੇ ਬੈਲਜੀਅਮ ਅਤੇ ਦੂਜੇ ਨੰਬਰ ਤੇ ਆਸਟ੍ਰੇਲੀਆ ਹੈ ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 14ਵਾਂ ਸਾਲਾਨਾ ਤੀਆਂ ਦਾ ਮੇਲਾ ਤੀਆਂ ਤੀਛ ਦੀਆਂ ਐਲਕ ਗਰੂਪ ਪਾਰਕ ਸੈਕਰਮੈਂਟੋ ਵਿਖੇ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਕੈਲੀਫੋਰਨੀਆ ਵਿੱਚ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਇਹ ਪਹਿਲਾ ਵੱਡਾ ਮੇਲਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਇਸ ਵਿੱਚ ਪਹੁੰਚ ਕੇ ਭਰਪੂਰ ਮਨੋਰੰਜਨ ਕੀਤਾ। ਅਕੈਡਮੀ ਵੱਲੋਂ ਸਟੇਜ ਨੂੰ ਬਖੋਬੀ ਸਜਾਇਆ ਗਿਆ ਸੀ। ਸੱਭਿਆਚਾਰਕ ਵਸਤੂਆਂ ਸਟੇਜ ਦੀ ਰੌਣਕ ਨੂੰ ਵਧਾ ਰਹੀਆਂ ਸਨ। ਚਰਖੇ, ਪੱਖੀਆਂ, ਛੱਜ ਢੋਲਕੀਆਂ, ਫੁਲਕਾਰੀਆਂ, ਬਾਗ, ਮੰਝੇ, ਦਰੀਆਂ ਗਾਗਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੱਭਿਆਚਾਰਕ ਵਸਤੂਆਂ ਨਾਲ ਸਟੇਜ ਨੂੰ ਸਜਾਇਆ ਗਿਆ। ਐਲਕ ਗਰੁੱਪ پارک ਦੇ ਖੁੱਲੇ ਮੈਦਾਨ ਵਿੱਚ ਦਰੱਖਤਾਂ ਦੀ ਛਾਂ ਹੇਠ ਹੋਈਆਂ ਇਹ ਤੀਆਂ ਪੰਜਾਬ ਦੇ ਕਿਸੇ ਪਿੰਡ ਦਾ ਭੁਲੇਖਾ ਪਾ ਰਹੀਆਂ ਸਨ ਸਮਾਗਮ ਦੇ ਸ਼ੁਰੂ ਵਿੱਚ ਤੀਆਂ ਦੀ ਆਰਗੇਨਾਈਜ਼ਰ ਪਿੰਕੀ ਰੰਦਾਵਾ ਨੇ ਸਮੂਹ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਉਹਨਾਂ ਦਾ ਸਾਥ ਦਿੱਤਾ ਪਰਨੀਤ ਗਿੱਲ ਨੇ ਹਰ ਉਮਰ ਦੀਆਂ ਬੀਬੀਆਂ ਸਜ ਧਜ ਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਇੱਥੇ ਪਹੁੰਚੀਆਂ ਤੀਆਂ ਦੌਰਾਨ ਗੀਤ ਸੰਗੀਤ ਗਿੱਧਾ ਬੋਲੀਆਂ ਡੀਜੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ ਬਹੁਤ ਸਾਰੇ ਸਟਾਲ ਮੇਲੇ ਦੀ ਸ਼ੋਭਾ ਵਧਾਰੇ ਸਨ ਜਿੱਥੋਂ ਬੀਬੀਆਂ ਨੇ ਕੱਪੜੇ, ਗਹਿਣੇ, ਦੇਸੀ ਜੁੱਤੀਆਂ, ਪਰਾਂਦੇ, ਫੁਲਕਾਰੀਆਂ ਆਦਿ ਦੀ ਖਰੀਦੋ-ਫਰੋਕਤ ਕੀਤੀ। ਹੜਵਾਰ ਦੀ ਤਰ੍ਹਾਂ ਇਸ ਵਾਰ ਸਤਵੀਰ ਸਿੰਘ ਬਾਜਵਾ ਤੇ ਪਰਮਜੀਤ ਕੌਰ ਬਾਜਵਾ ਵੱਲੋਂ ਸ਼ਹਿਰ ਦੀ ਸੇਵਾ ਕੀਤੀ ਗਈ। ਐਲਕ ਗ੍ਰੋਪ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਈ। ਉਸਨੇ ਸਿਟੀ ਵੱਲੋਂ ਇੱਕ ਰੈਕਗਨਿਸ਼ਨ ਸਰਟੀਫਿਕੇਟ ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਨੂੰ ਭੇਂਟ ਕੀਤਾ। ਇਨ੍ਹਾਂ ਤੀਆਂ ਨੂੰ ਜਸਮੇਲ ਸਿੰਘ ਚਿੱਟੀ, ਭੁਪਿੰਦਰ ਸਿੰਘ ਸੰਘੇੜਾ, ਸਤਵੀਰ ਸਿੰਘ ਬਾਜਵਾ ਗੁਲਿੰਦਰ ਸਿੰਘ ਗਿਲ ਬਖਸ਼ੋ ਬੀਸਲਾ ਪਰਮ ਤਖਰ ਪਾਲ ਬੋਪਨ ਰਾਏ ਗੁਰਮੀਤ ਸਿੰਘ ਬੜਾਚ ਜਸਪ੍ਰੀਤ ਸਿੰਘ ਅਟਾਰਨੀ ਡਾਕਟਰ ਗੁੱਡੀ ਤਖਰ ਨੇ ਸਪான்ਸਰ ਕੀਤਾ ਪੰਜਾਬ ਮੇਲ ਯੂਐਸਏ ਟੀਵੀ ਇਹਨਾਂ ਤੀਆਂ ਦੇ ਗ੍ਰੈਂਡ ਸਪான்ਸਰਸ ਹਨ ਇਸ ਮੌਕੇ ਤੇ ਰੈਫਲ ਇਨਾਮ ਕੱਢੇ ਗਏ ਬੱਗਾ ਜੁਵਲਰਸ ਪੈਂਟ ਸਟਰੀਟ ਸੈਕਰਾਮੈਂਟੋ ਵੱਲੋਂ 24 ਕੈਰਟ ਸ਼ੁੱਧ ਸੋਨੇ ਦੇ ਚੁੰਮਕੇ ਰੈਫਲ ਵਜੋਂ ਸਪான்ਸਰ ਕੀਤੇ ਗਏ ਇਸ ਤੋਂ ਇਲਾਵਾ ਇੰਡੀਆ ਸਪਾਈਸ ਐਂਡ 뮤직 ਨੇ ਵੀ ਦਿਲ ਖਿੱਚਵਾ ਇਨਾਮ ਦਿੱਤਾ ਬਖਸ਼ੋ ਬੀਸਲਾ ਨੂੰ ਸੱਭਿਆਚਾਰਕ ਖੇਤਰ ਵਿੱਚ ਬਟ ਮੂਲਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ ਸਟੇਜ ਦੀ ਸੇਵਾ ਸੈਟ ਡਰਾਈ ਵੱਲੋਂ ਬਖੂਬੀ ਨਿਭਾਏ ਗਏ ਕੁੱਲ ਮਿਲਾ ਕੇ ਇਤਿਆਂ ਦਾ ਮੇਲਾ ਇੱਕ ਵਾਰ ਫਿਰ ਅਮਿਤਸ਼ਾਪ ਛੱਡ ਗਿਆ ਕੈਲੀਫੋਰਨੀਆ ਵਿੱਚ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ ਫੈਲਦੀ ਜਾ ਰਹੀ ਹੈ ਇਸ ਅੱਗ ਵਿੱਚ ਸੈਂਕੜੇ ਘਰ ਤਬਾਹ ਹੋ ਗਏ ਦਮਕਲ ਕਰਮੀ ਪਿੰਡੂ ਪਾਈਚਾਰਿਆਂ ਨੂੰ ਬਚਾਉਣ ਵਿੱਚ ਜੁਟੇ ਹੋਏ ਹਨ ਜੰਗਲ ਵਿੱਚ ਫੈਲ ਰਹੀ ਅੱਗ ਨਾਲ ਮੰਗਲਵਾਰ ਨੂੰ ਕਰੀਬ 900 ਘਰ ਅਤੇ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ ਡਿਕਸੀ ਫਾਇਰ ਤੋਂ ਉਤਰੀ ਸੇਰਾ ਨਿਵਾਦਾ ਵਿੱਚ 12 ਤੋਂ ਬਾਅਦ ਛੋਟੇ ਪर्वतीय ਅਤੇ ਪਿੰਡੂ ਪਾਈਚਾਰਿਆਂ ਵਿੱਚ 14000 ਤੋਂ ਬਾਅਦ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਇਸ ਨੂੰ ਡਿਕਸੀ ਫਾਇਰ ਨਾਮ ਉਸ ਸੜਕ ਦੇ ਨਾਮ ਤੇ ਦਿੱਤਾ ਗਿਆ ਜਿੱਥੇ ਅੱਗ ਲੱਗਣੀ ਸ਼ੁਰੂ ਹੋਈ ਹੈ ਕੁਝ ਹਿੱਸਿਆਂ ਵਿੱਚ ਆਸਮਾਨ ਸਾਫ਼ ਰਹਿਣ ਕਾਰਨ ਇਸ ਹਫ਼ਤੇ ਬਚਾਅ ਕੰਮ ਵਿੱਚ ਜਹਾਜ਼ ਨਾਲ ਕਰੀਬ 600 ਦਮਕਲ ਕਰਮੀਆਂ ਸ਼ਾਮਲ ਹੋਏ ਦਮਕਲ ਵਿਭਾਗ ਦੇ ਬੁਲਾਰੇ ਐਡਵਿਨ ਦੁਨੇਗਾ ਨੇ ਕਿਹਾ ਅਸੀਂ ਉਡਾਣ ਭਰ ਸਕਦੇ ਹਾਂ ਜਾਂ ਨਹੀਂ ਇਹ ਕਾਫੀ ਹੱਦ ਤੱਕ ਧੂਏ ਤੇ ਨਿਰਪੜ ਕਰਦਾ ਹੈ ਕੁਝ ਇਲਾਕੇ ਹਨ ਜਿੱਥੇ ਬਹੁਤ ਜ਼ਿਆਦਾ ਧੂਆ ਹੈ ਦਮਕਲ ਕਰਮੀ ਰਿਚ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਹੈ ਕੈਲੀਫੋਰਨੀਆ ਦੇ ਜੰਗਲਾਤ ਤੇ ਅੱਗ ਸੁਰੱਖਿਆ ਵਿਭਾਗ ਨੇ ਦੱਸਿਆ ਕਿ 14 ਜੁਲਾਈ ਨੂੰ ਲੱਗਿਆ 1973 ਵਰਗ ਕਿਲੋਮੀਟਰ ਇਲਾਕੇ ਤੱਕ ਫੈਲ ਚੁੱਕੀ ਹੈ ਅਤੇ ਹਾਲੇ ਸਿਰਫ 25 ਫੀਸਦੀ ਤੱਕ ਦੇ ਇਲਾਕੇ ਵਿੱਚ ਹੀ ਅੱਗ ਤੇ ਕਾਬੂ ਪਾਇਆ ਗਿਆ ਗਵਰਨਰ ਗਿਆਵਨ ਨਿਊਸਮ ਨੇ ਮੰਗਲਵਾਰ ਨੂੰ ਉੱਤਰੀ ਸ਼ਾਸਤਾ ਟ੍ਰਿੰਟੀ ਅਤੇ ਇਤਹਾਮਾ ਕਾਉਂਟੀ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ ਅਮਰੀਕਾ ਦੇ ਪੱਛਮੀ ਖੇਤਰਾਂ ਵਿੱਚ ਲੱਗੀ ਭਿਆਨਕ ਜੰਗਲ ਦੀ ਅੱਗ ਦਾ ਧੂਆਂ 1000 ਮੀਲ ਤੋਂ ਵੱਧ ਦੂਰ ਸ਼ਹਿਰ ਵਿੱਚ ਹਵਾ ਦੀ ਗੁਣਵੰਤਾ ਨੂੰ ਪ੍ਰਭਾਵਿਤ ਕਰ ਰਿਹਾ। ਇਸ ਵੇਲੇ ਅਮਰੀਕਾ ਦੇ ਪੱਛਮੀ ਖੇਤਰਾਂ ਵਿੱਚ 100 ਤੋਂ ਵੱਧ ਜੰਗਲੀ ਅੱਗਾਂ ਤਬਾਹੀ ਮਚਾ ਰਹੀਆਂ ਨੇ ਜਿਨ੍ਹਾਂ ਦਾ ਵੱਡਾ ਹਿੱਸਾ ਕੈਲੀਫੋਰਨੀਆ ਤੋਂ ਮੋਂਟਾਨਾ ਤੱਕ ਹੈ ਪਰ ਇਹਨਾਂ ਦਾ ਧੂਆਂ ਦੇਸ਼ ਦੇ ਵਾਕਈ ਹਿੱਸਿਆਂ ਵਿੱਚ ਫੈਲ ਰਿਹਾ। ਕੈਲੀਫੋਰਨੀਆ ਦੇ ਖੇਤਰਾਂ ਵਿੱਚ ਤਾਂ ਜੰਗਲੀ ਅੱਗਾਂ ਦਾ ਧੂਆਂ ਵਾਤਾਵਰਣ ਨੂੰ ਖਰਾਬ ਕਰ ਰਿਹਾ ਬਲਕਿ 1200 ਮੀਲ ਤੋਂ ਵੀ ਜ਼ਿਆਦਾ ਦੂਰ ਡੈਨਵਰ ਵਿੱਚ ਵੀ ਹਵਾ ਦੀ ਗੁਣਵੰਤਾ ਘਟ ਰਹੀ ਹੈ। IQAir ਜੋ ਕਿ ਇੱਕ ਡਾਟਾ ਟੂਲ ਹੈ ਅਤੇ ਦੁਨੀਆ ਭਰ ਦੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਨੂੰ ਮਾਪਦਾ ਹੈ ਅਤੇ ਦਰਜਾ ਦਿੰਦਾ ਹੈ ਦੇ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਡੈਨਵਰ ਦੀ ਹਵਾ ਗੁਣਵੱਤਾ ਵਸ਼ਬ ਵਿੱਚ ਸਭ ਤੋਂ ਖਰਾਬ ਦਰਜਾਬੰਦੀ ਵਿੱਚ ਸ਼ਾਮਲ ਸੀ ਅਤੇ ਐਤਵਾਰ ਦੁਪਹਿਰ ਨੂੰ ਡੈਨਵਰ ਦੂਜੇ ਸਥਾਨ ਤੇ ਸੀ ਸੋਮਵਾਰ ਸਵੇਰ ਤੱਕ ਸਾਲਟ ਲੇਕ ਸਿਟੀ ਇਸ ਸੂਚੀ ਵਿੱਚ 6ਵੇਂ ਸਥਾਨ ਤੇ ਜਦੋਂ ਕਿ ਜਨਵਰੀ ਦਾ 10ਵਾਂ ਨੰਬਰ ਤੇ ਆਇਆ ਜੰਗਲੀ ਅੱਗਾਂ ਕਾਰਨ ਪਾਦਾ ਹੋਏ ਧੂਏ ਕਾਰਨ ਹਵਾ ਦੀ ਗੁਣਵੱਤਾ ਘੱਟ ਹੋਣ ਕਾਰਨ ਨਿਵਾਸੀਆਂ ਦੀ ਸਿਹਤ ਲਈ ਇੱਕ ਵੱਡਾ ਖਤਰਾ ਪੈਦਾ ਹੋਇਆ ਜਦਕਿ ਅਧਿਕਾਰੀਆਂ ਦੁਆਰਾ ਹਵਾ ਦੀ ਗੁਣਵੱਤਾ ਸਹੀ ਹੋਣ ਦੀ ਉਮੀਦ ਹੈ। ਅਮਰੀਕੀ ਸਟੇਟ ਆਰਕੰਸਾਸ ਦੇ ਹਸਪਤਾਲਾਂ ਵਿੱਚ ਵਧ ਰਹੇ ਕਰੋਨਾ ਮਰੀਜ਼ਾਂ ਦੇ ਦਾਖਲਿਆਂ ਕਾਰਨ ਆਈਸੀਯੂ ਬਿਸਤਰਿਆਂ ਦੀ ਘਾਟ ਪੈਦਾ ਹੋ ਗਈ ਹੈ ਆਰਕੰਸਾਸ ਦੇ ਗਵਰਨਰ ਅਸਾ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਇਸ ਵੇਲੇ ਸਿਰਫ 8 ਆਈਸੀਯੂ ਬੈੱਡ ਉਪਲਬਧ ਨੇ ਕਿਉਂਕਿ ਇਹ ਖੇਤਰ ਅਮਰੀਕਾ ਦੇ ਹੋਰ ਖੇਤਰਾਂ ਸਮੇਤ ਵਾਇਰਸ ਦੇ ਡੈਲਟਾ ਰੂਪ ਦੀ ਲਾਗ ਦੇ ਵਾਧੇ ਨਾਲ ਝੂcj ਰਹੇ ਨੇ ਅਰਕੰਸਾਸ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਨੂੰ ਕਰੋਨਾ ਵਾਇਰਸ ਕਾਰਨ ਕੋਲ 1376 ਲੋਕ ਹਸਪਤਾਲ ਵਿੱਚ ਦਾਖਲ ਸਨ ਅਤੇ ਕੋਵਿਡ-19 ਨਾਲ ਪੀੜਤ 300 ਲੋਕ ਵੈਂਟੀਲੇਟਰਾਂ 'ਤੇ ਹਨ ਜੌਨਸ ਆਫਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਪ੍ਰਤੀ ਵਿਅਕਤੀ ਨਵੇਂ ਕੋਵਿਡ ਮਾਮਲਿਆਂ ਵਿੱਚ ਅਰਕੰਸਾਸ ਦੇਸ਼ ਵਿੱਚ ਤੀਜੇ ਸਥਾਨ 'ਤੇ ਹੈ ਇਸ ਤੋਂ ਇਲਾਵਾ ਸੀਡੀਸੀ ਨੇ ਕਿਹਾ ਕਿ ਯੂਐਸ ਹਰ ਦਿਨ ਔਸਤਨ 1 ਲੱਖ ਤੋਂ ਵੱਧ ਨਵੇਂ ਕੋਵਿਡ ਮਾਮਲੇ ਦਰਜ ਕਰ ਰਿਹਾ ਅਰਕੰਸਾਸ ਵਿੱਚ 12 ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 43% ਲੋਕਾਂ ਨੂੰ ਕੋਵਿਡ ਬਡੂਨੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਜੋ ਸੀਡੀਸੀ ਦੀ ਰਾਸ਼ਟਰੀ ਔਸਤ ਲਗਭਗ 59% ਤੋਂ ਘੱਟ ਹੈ। ਚੀਨ ਦੇ ਇੱਕ ਅਦਾਲਤ ਨੇ ਹੂਵੇਈ ਨਾਲ ਜੁੜੇ ਇੱਕ ਮਾਮਲੇ ਵਿੱਚ ਜਾਸੂਸੀ ਤੇ ਦੋਸ਼ਾਂ ਤੇ ਕੈਨੇਡੀਅਨ ਨਾਗਰਿਕ ਮਾਈਕਲਸ ਪੈਵਰ ਨੂੰ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਕੈਨੇਡਾ ਸਰਕਾਰ ਵੱਲੋਂ ਚੀਨ ਦੀ ਟੈਕਨੋਲੋਜੀ ਖੇਤਰ ਦੀ ਕੰਪਨੀ ਦੇ ਇੱਕ ਕਾਰਜਕਾਰੀ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਦੇ ਬਾਅਦ 2018 ਵਿੱਚ ਸਪੈਵਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਬੁੱਧਵਾਰ ਨੂੰ ਆਇਆ ਇਹ ਫੈਸਲਾ ਇਸ ਗੱਲ ਦਾ ਤਾਜ਼ਾ ਸੰਕੇਤ ਹੈ ਕਿ ਚੀਨ ਕੈਨੇਡਾ ਕਿਵੇਂ ਦਬਾਅ ਬਣਾ ਰਿਹਾ ਹੈ ਜਿੱਥੇ ਇੱਕ ਅਦਾਲਤ ਵਿੱਚ ਇਹ ਫੈਸਲਾ ਆਉਣਾ ਹੈ ਕਿ ਕਾਰਜਕਾਰੀ ਅਧਿਕਾਰੀ ਮੇਂਗ ਵਾਂ ਚੋਉ ਨੂੰ ਅਮਰੀਕਾ ਵਿੱਚ ਰਸਮੀ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਸੌਂਪਿਆ ਜਾਵੇ ਜਾਨਣੇ ਹੀ ਸਪੈਵਰ ਅਤੇ ਇੱਕ ਹੋਰ ਕੈਨੇਡੀਅਨ ਨਾਗਰਿਕ ਨੂੰ ਚੀਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਜਿਸ ਨੂੰ ਆਲੋਚਕਾਂ ਨੇ ਬੰਧਕ ਬਣਾਉਣ ਦੀ ਰਾਜਨੀਤੀ ਘੜਾਰ ਦਿੱਤਾ ਇਹ ਕਾਰਵਾਈ ਈਰਾਨ ਦੇ ਵਪਾਰ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਦੇ ਸਬੰਧ ਵਿੱਚ 2018 ਵਿੱਚ ਚੀਨ ਦੇ ਕਾਰਜਕਾਰੀ ਅਧਿਕਾਰੀ ਦੀ ਗ੍ਰਿਫਤਾਰੀ ਦੇ ਬਾਅਦ ਕੀਤੀ ਗਈ। ਚੀਨ ਦੀ ਇੱਕ ਹੋਰ ਅਦਾਲਤ ਨੇ ਮੰਗਲਵਾਰ ਨੂੰ ਇੱਕ ਤੀਜੇ ਕੈਨੇਡੀਅਨ ਨਾਗਰਿਕ ਦੀ ਅਪੀਲ ਵੀ ਖਾਰਜ ਕਰ ਦਿੱਤੀ, ਜਿਸ ਦੇ ਨਸ਼ੀਲੇ ਪਦਾਰਥ ਦੇ ਇੱਕ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਨੂੰ ਕਾਰਜਕਾਰੀ ਅਧਿਕਾਰੀ ਦੀ ਗ੍ਰਿਫਤਾਰੀ ਦੇ ਬਾਅਦ ਮੌਤ ਤੱਕ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ। ਬੀਜਿੰਗ ਤੋਂ 340 ਕਿਲੋਮੀਟਰ ਪੂਰਬ ਵਿੱਚ ਦਾ ਡੋਂਗ ਸ਼ਹਿਰ ਵਿੱਚ ਸੁਣਵਾਈ ਦੌਰਾਨ ਕੈਨੇਡੀਅਨ ਰਾਜਦੂਤ ਡੋਮਨਿਕ ਬਾਟਨ ਅਦਾਲਤ ਵਿੱਚ ਮੌਜੂਦ ਸਨ ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਆਸਟਨ ਨੇ ਸੋਮਵਾਰ ਨੂੰ ਇੱਕ ਮੀਮੋ ਜਾਰੀ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਜੋ ਵਾਈਡਨ ਨੂੰ ਸਤੰਬਰ ਦੇ ਅੱਜ ਤੱਕ ਫੌਜ ਲਈ ਕੋਵਿਡ-19 ਦੇ ਟੀਕੇ ਲਾਜ਼ਮੀ ਬਣਾਉਣ ਦੀ ਮਨਜ਼ੂਰੀ ਦੇਣ ਲਈ ਕਹਿਣਗੇ ਅਸਟਿਨ ਅਨੁਸਾਰ ਅਕਤੂਬਰ ਦੇ ਆਦ ਤੱਕ ਜਾਂ ਐਫ ਡੀ ਏ ਦੁਆਰਾ ਕਰੋਨਾ ਵੈਕਸੀਨ ਨੂੰ ਪੂਰੀ ਪ੍ਰਵਾਨਗੀ ਦੇ ਬਾਅਦ ਟੀਕਾ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਕਰਨਗੇ ਐਫ ਡੀ ਏ ਦੁਆਰਾ ਫਿਲਹਾਲ ਕੋਵਿਡ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਦਿੱਤੇ ਗਏ ਨੇ ਜਿਸ ਤਹਿਤ ਫੌਜ ਵਿੱਚ ਕਰੋਨਾ ਟੀਕੇ ਸਵੈ ਇਚਖਣ ਅਤੇ ਰਾਸ਼ਟਰਪਤੀ ਕੋਲ ਕਰਮਚਾਰੀਆਂ ਲਈ ਟੀਕੇ ਦੀ ਜ਼ਰੂਰਤ ਬਣਾਉਣ ਦਾ ਅਧਿਕਾਰ ਹੈ ਆਸਟਨ ਦੀs ਕਸ਼ਨਾ ਦੇ ਬਾਅਦ ਰਾਸ਼ਟਰਪਤੀ ਵਾਈਡਨ ਨੇ ਆਸਟਨ ਦੇ ਫੈਸਲੇ ਦਾ ਸਮਰਥਨ ਕੀਤਾ ਵਾਈਡਨ ਅਨੁਸਾਰ ਫੌਜੀ ਔਰਤਾਂ ਅਤੇ ਪੁਰਸ਼ ਕਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਅਗਵਾਈ ਦੀ ਸਹਾਇਤਾ ਕਰਨਾ ਜਾਰੀ ਰੱਖਣਗੇ ਪੈਂਟਾਗਨ ਦੇ ਅਨੁਸਾਰ ਸੋਮਵਾਰ ਤੱਕ ਘੱਟੋ-ਘੱਟ 74% ਐਕਟਿਵ ਡਿਊਟੀ ਕਰਮਚਾਰੀਆਂ ਨੂੰ ਟੀਕੇ ਦੀ ਇੱਕ ਖੁਰਾਕ ਅਤੇ 65% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਅਮਰੀਕਾ ਨੇ ਪਾਕਿਸਤਾਨ ਦੀ ਅਗਵਾਈ ਤੋ ਅਫਗਾਨਿਸਤਾਨ ਪਾਕਿਸਤਾਨ ਸਰਹੱਦ ਕੋਲ ਤਾਲੀਬਾਨ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਖਤਮ ਕਰਨ ਲਈ ਕਦਮ ਚੁੱਕਣ ਨੂੰ ਕਿਹਾ ਕਿਉਂਕਿ ਇਨ੍ਹਾਂ ਸੁਰੱਖਿਅਤ ਠਿਕਾਣਿਆਂ ਨਾਲ ਅਫਗਾਨਿਸਤਾਨ ਵਿੱਚ ਹੋਰ ਜ਼ਿਆਦਾ ਅਸੁਰੱਖਿਆ ਅਤੇ ਅਸਥਿਰਤਾ ਪੈਦਾ ਹੋ ਰਹੀ ਹੈ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ ਹੈ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਪਾਕਿਸਤਾਨੀ ਫੌਜ ਦੇ ਮੁਖ ਜਨਰਲ ਕਮਰ ਜਾਵედ ਬਾਜ਼ਵਾ ਨਾਲ ਸੋਮਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ ਪੈਂਟਾਗਨ ਦੇ ਪ੍ਰੈਸ ਸਕੱਤਰ ਜੌਨ ਕਿਰਬੀ ਨੇ ਦੋਹਾਂ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਦੱਸਿਆ ਰੱਖਿਆ ਮੰਤਰੀ ਆਸਟਿਨ ਅਤੇ ਜਨਰਲ ਬਾਜ਼ਵਾ ਨੇ ਅਫਗਾਨਿਸਤਾਨ ਵਿੱਚ ਮੌਜੂਦ ਸਥਿਤੀ ਕਈ ਤਰੀਕ ਸੁਰੱਖਿਆ ਅਤੇ ਸਥਿਰਤਾ ਅਤੇ ਦੋ ਪੱਖੀ ਰਿਸ਼ਤਿਆਂ ਤੇ ਵਿਆਪਕ ਰੂਪ ਨਾਲ ਚਰਚਾ ਕੀਤੀ ਕਿਰਬੀ ਅਨੁਸਾਰ ਗੱਲਬਾਤ ਦੌਰਾਨ ਆਸਟ੍ਰੇਨ ਯੂ ਅਮਰੀਕਾ ਪਾਕਿਸਤਾਨ ਸਬੰਧਾਂ ਚ ਸੁਧਾਰ ਜਾਰੀ ਰੱਖਣ ਲਈ ਕਿਹਾ ਇੱਕ ਸਵਾਲ ਤੇ ਪੈਂਟਾਗਨ ਨੇ ਪ੍ਰੈਸਿਕਤਰ ਨੇ ਕਿਹਾ ਸਾਨੂੰ ਇਸ ਗੱਲ ਦਾ ਧਿਆਨ ਹੈ ਕਿ ਅਜੇ ਹੀ ਪਨਾਗਾ ਅਫਗਾਨਿਸਤਾਨ ਦੇ ਅੰਦਰ ਅਸੁਰੱਖਿਆ ਅਤੇ ਅਸਥਿਰਤਾ ਵੱਲ ਵਧਾ ਰਹੀ ਹੈ ਅਸੀਂ ਪਾਕਿਸਤਾਨੀ ਨੇਤਾਵਾਂ ਨਾਲ ਇਸ ਬਾਰੇ ਚਰਚਾ ਕਰਨ ਤੋਂ ਝਿਜਕਦੇ ਨਹੀਂ ਹਾਂ ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਸਰਹੱਦ ਤੋਂ ਅਤਵਾਦੀਆਂ ਨੂੰ ਅਫਗਾਨਿਸਤਾਨ ਵਿੱਚ ਪ੍ਰਵੇਸ਼ ਕਰਵਾਉਣਾ ਬੰਦ ਕਰੇ ਅਮਰੀਕਾ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਆਪਣੇ ਖੇਤਰ ਵਿੱਚ ਅਤਵਾਦੀਆਂ ਦੇ ਕੈਂਪ ਵੀ ਤੁਰੰਤ ਖਤਮ ਕਰ ਦੇਵੇ ਇਸ ਸੰਬੰਧੀ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਨ ਦੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜავੇਦ ਵਾਜਬਾ ਨਾਲ ਫੋਨ 'ਤੇ ਗੱਲਬਾਤ ਹੋਈ ਰੱਖਿਆ ਮੰਤਰਾਲੇ ਦੇ ਤਰਜਮਾਨ ਜਾਨ ਕਿਰਵੀ ਨੇ ਦੱਸਿਆ ਕਿ ਪਾਕਿਸਤਾਨ ਨੂੰ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੀ ਜ਼ਮੀਨ ਨੂੰ ਅਤਵਾਦੀਆਂ ਨੂੰ ਇਸਤੇਮਾਲ ਨਾ ਕਰਨ ਦੇਵੇ ਉਹਨਾਂ ਪਾਕਿਸਤਾਨ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਅਫਗਾਨਿਸਤਾਨ ਦੀ ਫੌਜ ਦੀ ਲਗਾਤਾਰ ਮਦਦ ਕਰਦਾ ਰਹੇਗਾ ਅਜਿਹੀ ਸਥਿਤੀ ਵਿੱਚ ਪਾਕਿਸਤਾਨ ਨੂੰ ਤਾਲੀਬਾਨ ਦੀ ਮਦਦ ਦੇਣ ਵਾਲੀਆਂ ਸਥਿਤੀਆਂ ਤੋਂ ਬਚਣਾ ਹੋਵੇਗਾ ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਕਾਨੀ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਪਾਕਿਸਤਾਨ ਦੀ ਸਰਹੱਦ ਤੋਂ ਬੜੇ 10000 ਵਿਦੇਸ਼ੀ ਅੱਤਵਾਦੀ ਤਾਲੀਬਾਨ ਨਾਲ ਮਿਲ ਕੇ ਅਫਗਾਨ ਫੌਜ ਨਾਲ ਜੰਗ ਕਰ ਰਹੇ ਨੇ ਪਾਕਿਸਤਾਨ ਨੇ ਹੀ ਸਾਰੇ ਅੱਤਵਾਦੀਆਂ ਨੂੰ ਸ਼ਰਨ ਦਿੱਤੀ ਹੋਈ ਹੈ ਸਮੁੰਦਰੀ ਸੁਰੱਖਿਆ ਤੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਦੱਖਣੀ ਚੀਨ ਸਾਗਰ ਵਿੱਚ ਚੀਨੀ ਕਾਰਵਾਈ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਤਿੱਖੀ ਬਹਿਸ ਹੋਈ ਮੀਟਿੰਗ ਵਿੱਚ ਫਾਰਸ ਦੀ ਖਾੜੀ ਵਿੱਚ ਜਹਾਜ਼ਾਂ ਤੇ ਹਮਲੇ ਗੀਨੀ ਦੀ ਖਾੜੀ ਚ ਸਮੁੰਦਰੀ ਲੁੱਟ ਅਤੇ ਭੂ-ਮਦ ਸਾਗਰ ਅਤੇ ਐਟਲੈਂਟਿਕ ਸਾਗਰ ਵਿੱਚ ਮਨੁੱਖੀ ਸਮਗਲਿੰਗ ਦਾਵੀ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ 5 ਸਾਲ ਪਹਿਲਾਂ ਇੱਕ ਟ੍ਰਿਬਿਊਨਲ ਦੇ فاਸਲੇ ਵਿੱਚ ਚੀਨ ਦੇ ਦਾਅਵਿਆਂ ਨੂੰ ਖਾਰਜ ਕੀਤੇ ਜਾਣ ਦੇ ਬਾਵਜੂਦ ਦੱਖਣੀ ਚੀਨ ਸਾਗਰ ਦੇ ਹਿੱਸਿਆਂ ਤੇ ਉਸਦੀ ਵਾਦੀ ਹਮਲਾਵਾਰ ਨੀਤੀ ਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉੱਥੇ ਜਾਂ ਦੁਨੀਆ ਵਿੱਚ ਕਿਸੇ ਵੀ ਮਹਾਸਾਗਰ 'ਚ ਟਕਰਾਅ ਦਾ ਸੁਰੱਖਿਆ ਅਤੇ ਵਪਾਰਕ ਦੇ ਲਿਹਾਜ਼ ਨਾਲ ਗੰਭੀਰ ਗਲੋਬਲ ਪ੍ਰਭਾਵ ਪਵੇਗਾ ਉਨ੍ਹਾਂ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿੱਚ ਅਸੀਂ ਜਹਾਜ਼ਾਂ ਵਿਚਾਲੇ ਖਤਰਨਾਕ ਮੁਠਪੇੜ ਅਤੇ ਗੈਰ ਕਾਨੂੰਨੀ ਸਮੁੰਦਰੀ ਦਾਅਵਿਆਂ ਨੂੰ ਲੈ ਕੇ ਉਕਸਾਉਣ ਵਾਲੀ ਕਾਰਵਾਈ ਦੇਖੀ ਹੈ ਚੀਨ ਦੇ ਉਪਰਾਸ਼ਤੂਤ ਦਾਈ ਬਿੰਗ ਨੇ ਮੀਟਿੰਗ ਵਿੱਚ ਅਮਰੀਕਾ ਤੇ ਪਲਟਵਾਰ ਕਰਦੇ ਹੋਏ ਦੱਖਣੀ ਚੀਨ ਸਾਗਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਉਸਦਾ ਸਭ ਤੋਂ ਵੱਡਾ ਖਤਰਾ ਬਣਨ ਦਾ ਦੋਸ਼ ਲਗਾਇਆ ਕੈਲੀਫੋਰਨੀਆ ਸਟੇਟ ਦਾ ਇੱਕ 14 ਸਾਲਾ ਲੜਕਾ ਟੋਹੇ ਝੀਲ ਦੀ ਪੂਰੀ 21.3 ਮੀਲ ਦੀ ਲੰਬਾਈ ਨੂੰ ਤੈਰਨ ਅਤੇ ਐਲਪਾਈਨ ਝੀਲ ਦੇ ਟ੍ਰਿਪਲ ਕ੍ਰਾਂ ਨੂੰ ਪੂਰਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੈराक ਬਣ ਗਿਆ। ਲਾਸ ਬਾਨੋਸ ਦੇ ਜੇਮਸ ਸਵੇਜ਼ ਨਾਮ ਦੇ ਲੜਕੇ ਨੇ 1 ਅਗਸਤ ਨੂੰ 12 ਘੰਟਿਆਂ ਵਿੱਚ ਕੈਲੀਫੋਰਨੀਆ ਨਿਵਾਡਾ ਲਾਈਨ ਤੇ ਫੈਲਿਸ ਝੀਲ ਨੂੰ ਪਾਰ ਕੀਤਾ ਸੀ ਸਵੇਜ਼ ਦਾ ਤਰਾਕੀ ਦਾ ਸਫ਼ਰ ਕੈਲੀਫੋਰਨੀਆ ਵਿੱਚੋਂ ਸ਼ੁਰੂ ਹੋ ਕੇ ਨਿਵਾਡਾ ਦੇ ਇਨਕਲਾਈਨ ਵਿਲੇਜ ਵਿੱਚ ਸਮਾਪਤ ਹੋਇਆ ਇਸ ਬੱਚੇ ਦੀ ਮਾਂ ਜ਼ਿਲਿਅਨ ਸਵੇਜ਼ ਨੇ ਦੱਸਿਆ ਕਿ 8 ਸਾਲ ਦੀ ਉਮਰ ਤੋਂ ਲਗਭਗ ਹਰ ਰੋਜ਼ ਤਰਾਕੀ ਕਰ ਰਿਹਾ ਪਿਛਲੇ ਅਗਸਤ ਵਿੱਚ 13 ਸਾਲ ਦੀ ਉਮਰ ਵਿੱਚ ਸਵੇਜ਼ 12 ਮੀਲ ਥਰੂ ਵਿਡਥ ਸਵੈਮ ਨੂੰ ਪੂਰਾ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਲੜਕਾ ਬਣਿਆ ਉਸਨੇ 10 ਮੀਲ ਵਾਈਕਿੰਗ ਸ਼ੋਲਮ ਮਾਰਗ ਨੂੰ ਵੀ ਤੈਰਿਆ ਹੈ ਜੋ ਕਿ ਟੋਹੇ ਝੀਲ ਦੇ ਦੱਖਣੀ ਹਿੱਸੇ ਨੂੰ ਪਾਰ ਕਰਦਾ ਹੈ ਇਸ ਦੇ ਇਲਾਵਾ ਸਾਬੇਜ 8 ਸਾਲ ਦੀ ਉਮਰ ਵਿੱਚ ਅਲਕਾਟਰਾਜ਼ ਤੋਂ ਸਾਨ ਫ੍ਰਾਂਸਿਸਕੋ ਤੱਕ ਤੈਰਿਆ ਟੋਹੇ ਲੇਕ ਦੀ ਤਰਾਕੀ ਟੀਮ ਵਿੱਚ ਇੱਕ ਅਧਿਕਾਰਤ ਆਬਜ਼ਰਵੀ ਸ਼ਾਮਿਲ ਸੀ ਭਾਰਤ ਤੋਂ ਚੰਗੀ ਰੋਜ਼ੀ ਰੋਟੀ ਲਈ ਬਹੁਤ ਸਾਰੇ ਭਾਰਤੀ ਵਿਦੇਸ਼ਾਂ 'ਚ ਰੋਜ਼ਗਾਰ ਕਰਦੇ ਨੇ ਪਰ ਘਰ ਤੋਂ ਦੂਰ ਰਹਿੰਦੇ ਨਾ ਭਾਰਤੀਆਂ ਦੀ ਕੰਮ ਤੇ ਜਾਂ ਹੋਰ ਕਿਸੇ ਹਾਦਸੇ ਦੌਰਾਨ ਮੌਤ ਵੀ ਹੋ ਜਾਂਦੀ ਹੈ ਇਤਲੀ ਵਿੱਚ ਆਏ ਦਿਨ ਭਾਰਤੀਆਂ ਸੰਬੰਧੀ ਕੋਈ ਨਾ ਕੋਈ ਦੁਖਦਾਈ ਖਬਰ ਸੁਣਨ ਨੂੰ ਮਿਲ ਰਹੀ ਹੈ ਬੀਤੇ ਦਿਨ ਬਰਗਾਮੋ ਦੇ ਕਸਬਾ ਸਾਨ ਪਾਉਲ ਦੀ ਅਰਖਾਨੋ ਚ ਕੰਮ ਦੌਰਾਨ ਇੱਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੇ ਚਾਚਾ surjit singh ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਮ੍ਰਿਤਕ ਬਲਜੀਤ ਸਿੰਘ 40 ਜਿਸ ਦੀ ਉਮਰ ਤਕਰੀਬਨ 36 ਕੁਸਾਲ ਦੀ ਹੈ ਕਿ ਜ਼ਿਲ੍ਹਾ ਬਰਕਾਮੋ ਦੇ ਕਸਬਾ ਪਿਰਸਾਸੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਮਿੱਤ ਦਿਨ ਸਵੇਰੇ ਕੰਮ ਤੇ ਛੱਤ ਠੀਕ ਕਰਨ ਸਮੇ ਬਲਜੀਤ ਅਚਾਨਕ 8 ਮੀਟਰ ਤੱਕ ਥੱਲੇ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਜ਼ਿਲੰਦਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਪੁਨੀਆ ਦਾ ਰਹਿਣ ਵਾਲਾ ਹੈ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਅਫਗਾਨਿਸਤਾਨ ਦੇ ਹਾਲਾਤ ਵੱਧ ਤੋਂ ਵੱਧ ਬੱਤਰ ਹੁੰਦੇ ਜਾ ਰਹੇ ਨੇ ਉੱਥੋਂ ਦੇ ਕਈ ਸੂਬਿਆਂ ਦੀ ਰਾਜਧਾਨੀ ਉੱਤੇ ਹੁਣ ਤਾਲਿਬਾਨ ਫੌਜਾਂ ਦਾ ਕਬਜ਼ਾ ਹੋ ਗਿਆ ਇਸ ਦੌਰਾਨ ਉੱਤੇ ਰਹਿਣ ਵਾਲੇ ਭਾਰਤੀਆਂ ਲਈ ਤੀਜੀ ਵਾਰ ਮੰਗਲਵਾਰ ਨੂੰ ਸੁਰੱਖਿਆ ਐਡਵਾਈਸਰੀ ਜਾਰੀ ਕੀਤੀ ਗਈ ਕਾਬੁਲ ਵਿੱਚ ਭਾਰਤੀ ਦੂਤਵਾਲੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਇਹ ਐਡਵਾਈਸਰੀ ਹਾਲ ਹੀ ਵਿੱਚ 29 ਜੂਨ ਅਤੇ 24 ਜੁਲਾਈ ਨੂੰ ਜਾਰੀ ਦੋ ਸੁਰੱਖਿਆ ਐਡਵਾਈਸਰੀ ਨਾਲ ਸੰਬੰਧਿਤ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਪਿਛਲੀਆਂ ਦੋ ਸਲਾਹਾਂ ਵਿੱਚ ਦਿੱਤੀਆਂ ਗਈਆਂ ਸਲਾਹਾਂ ਅਜੇ ਵੀ ਵਿਧਾਨ ਅਤੇ ਸਾਰੇ ਭਾਰਤੀਆਂ ਨੂੰ ਉਹ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਚਲਾ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਦੇ ਸੁਰੱਖਿਆ ਐਡਵਾਈਜ਼ਰੀ ਵਿੱਚ ਕਹੇ ਗਏ ਨੇ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਹਿੰਸਾ ਦੇ ਮੱਦੇ ਨਜ਼ਰ ਬਹੁਤ ਸਾਰੇ ਸੂਬਿਆਂ ਅਤੇ ਸ਼ਹਿਰਾਂ ਵਿੱਚ ਵਪਾਰਕ ਉਡਾਣਾ ਰੋਕ ਦਿੱਤੀਆਂ ਗਈਆਂ ਅਫਗਾਨਿਸਤਾਨ ਵਿੱਚ ਆਉਣ ਵਾਲੇ ਕੰਮ ਕਰਨ ਵਾਲੇ ਅਤੇ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਿੱਥੇ ਵੀ ਹਨ ਉੱਥੋਂ ਵਪਾਰਕ ਉਡਾਣਾ ਸੰਬੰਧੀ ਆਪਣੇ ਆਪ ਨੂੰ ਅਪਡੇਟ ਰੱਖਣ ਜੇ ਬੰਦ ਹੁੰਦੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਵਾਪਸੀ ਦੀ ਤਿਆਰੀ ਕਰਨੀ ਚਾਹੀਦੀ ਹੈ ਐਡਵਾਈਜ਼ਰੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਭਾਰਤੀ ਕਰਮਚਾਰੀਆਂ ਨੂੰ ਹਵਾਈ ਸੇਵਾਵਾਂ ਦੇ ਬੰਦ ਹੋਣ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਪ੍ਰੋਜੈਕਟ ਸਾਈਟਾਂ ਤੋਂ ਬਾਹਰ ਕੰਟ ਲੈન્ડ ਇਸ ਦੇ ਨਾਲ ਹੀ ਅਫਗਾਨਿਸਤਾਨ ਜਾਂ ਵਿਦੇਸ਼ੀ ਕੰਪਨੀ ਵਾਲੀ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਮਾਲਕਾਂ ਨੂੰ ਭਾਰਤ ਜਾਣ ਦੀ ਵਿਵਸਥਾ ਕਰਨ ਦੀ ਬੇਨਤੀ ਕਰਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਮੰਗਲਵਾਰ ਨੂੰ ਕਾਂਗਰਸ ਦੀ ਅੰਤਰਿੰਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਕੈਬਨਿਟ ਫੇਰ ਬਦਲ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਸੋਨੀਆ ਗਾਂਧੀ ਨੇ ਕੈਬਨਿਟ ਵਿੱਚ ਫੇਰ ਬਦਲ ਨੂੰ ਲੈ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਕਰੀਬ ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਕੈਪਟਨ ਵੱਖ-ਵੱਖ ਮੁੱਦਿਆਂ ਤੇ ਹੋਈ ਚਰਚਾ ਨੂੰ ਲੈ ਕੇ ਸੰਤੁਸ਼ਟ ਹੋਏ ਇਹ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਦਿੱਤੀ ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਦੇ ਮੁਤਾਬਕ ਕੈਪਟਨ ਨੇ ਸੋਨੀਆ ਨਾਲ ਕੈਬਨਟ ਵਿੱਚ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਗੱਲ ਵੀ ਕੀਤੀ ਕਿਉਂਕਿ ਕੈਪਟਨ ਨਾ ਸਿਰਫ ਇੱਕ ਖਾਲੀ ਸੀਟ ਨੂੰ ਭਰਨਾ ਚਾਹੁੰਦੇ ਨੇ ਬਲਕਿ ਕੈਬਨਟ 'ਚ ਦੋ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨਾ ਚਾਹੁੰਦੇ ਨੇ ਸੂਤਰਾਂ ਦੇ ਮੁਤਾਬਕ ਉਹ ਕੈਬਨਟ ਵਿੱਚ ਦਲਿਤ ਮੰਤਰੀ ਨੂੰ ਉਪ ਮੁੱਖ ਮੰਤਰੀ ਵੀ ਬਣਾਉਣਾ ਚਾਹੁੰਦੇ ਨੇ ਤਾਂ ਜੋ ਦਲਿਤ ਪਾਇਚਾਰੇ ਨੂੰ ਕਾਂਗਰਸ ਨੂੰ ਲੈ ਕੇ ਸਕਾਰਾਤਮਕ ਸੰਦੇਸ਼ ਜਾ ਸਕੇ ਸੂਤਰਾਂ ਦੇ ਮੁਤਾਬਕ ਸੋਨੀਆ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਅਗਲੇ ਹਫ਼ਤੇ ਤੱਕ ਕੈਬਨਟ ਵਿੱਚ ਬਦਲ ਸੰਭਵ ਹੈ ਕਾਂਗਰਸ ਵਿੱਚ ਕੈਬਨਿਟ ਫੇਰ ਬਦਲ ਦੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਜਿਸ ਦਾ ਮੁੱਖ ਕਾਰਨ ਕੈਬਨਿਟ ਵਿੱਚ ਇੱਕ ਸੀਟ ਦਾ ਖਾਲੀ ਹੋਣਾ ਵੀ ਹੈ ਕਾਂਗਰਸ ਦੇ ਨਵੇਂ ਪ੍ਰਦੇਸ਼ ਪ੍ਰਧਾਨ ਬਣਨ ਦੇ ਬਾਅਦ ਹੁਣ ਮੁੱਖ ਮੰਤਰੀ ਕੈਬਨਿਟ ਵਿੱਚ ਫੇਰ ਬਦਲ ਕਰਨਾ ਚਾਹੁੰਦੇ ਨਹੀਂ ਪਾਰਟੀ ਦੇ ਉੱਚ ਪਦਰੀ ਸੂਤਰਾਂ ਨੇ ਕਿਹਾ ਕਿ ਕੈਬਨਿਟ ਵਿੱਚ ਨਵੇਂ ਚਿਹਰੇ ਦੇ ਰੂਪ ਚ ਦਲਤ ਕੋਟੇ ਤੋਂ ਰਾਜਕੁਮਾਰ ਵੀਰਕਾ ਤੇ ਹਿੰਦੂ ਕੋਟੇ ਤੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਸ਼ਾਮਲ ਹੋ ਸਕਦੇ ਨੇ ਪਿਛਲੇ ਦਿਨੀ ਰਾਣਾ ਕੇਪੀ ਸਿੰਘ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਇਸ ਤੋਂ ਬਾਅਦ ਉਹ ਕਾਫੀ ਸੰਤੁਸ਼ਟ ਵੀ ਨਜ਼ਰ ਆਏ ਸਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪਾਰਟੀ ਦੇ ਪਛੜੀ ਸ਼੍ਰੇਣੀ ਵਿਭਾਗ ਦੇ ਆਗੂਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਸਮੇਤ ਨੌਂ ਵਿਧਾਇਕ ਸੁਰਜੀਤ ਈਮਾਨ, ਰਜਿੰਦਰ ਸਿੰਘ, ਮਦਨ ਲਾਲ, ਜਲਾਲਪੁਰ, ਹਰਦੀਾਲ ਸਿੰਘ ਕੰਬੋਜ, ਦਰਸ਼ਨ ਮੰਗੂਪੂਰੀਆ, 인ਦੂ ਵਾਲਾ, ਅੰਗਤ ਸੈਣੀ ਅਤੇ ਡਾਕਟਰ ਹਰਜੋਤ ਕਮਲ ਹਾਜ਼ਰ ਸਨ ਮੀਟਿੰਗ ਵਿੱਚ ਪਛੜੀ ਸ਼੍ਰੇਣੀ ਨਾਲ ਸੰਬੰਧਤ ਆਗੂਆਂ ਨੇ ਪਾਰਟੀ ਵਿੱਚ ਆਵਾਦੀ ਅਨੁਪਾਤ ਮੁਤਾਬਕ ਹਿੱਸਾ ਦੇਣ ਦੀ ਮੰਗ ਕੀਤੀ ਆਗੂਆਂ ਨੇ ਸਿੱਧੂ ਨੂੰ ਪਾਰਟੀ ਦੇ ਸੰਗਠਨ ਵਿੱਚ ਟਾਂਚੇਚ ਬਲਾਕ ਪੱਦਰ ਤੋਂ ਲੈ ਕੇ ਸਟੇਟ ਕਾਰ ਦੀੇਂ ਦੀ ਮੰਗ ਕੀਤੀ ਇਸ ਹਨ ਹੁਣ ਤੱਕ ਦੀ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਓ ਆ ਗਿਆ ਸਾਸ਼ਵਿਕਾਲ